ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤਰਨ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਫੋਰਐਵਰ ਮੀਡੀਆ। ਅੱਜ ਸਾਡੇ ਵਿੱਚ ਇੱਕ ਐਸਾ ਕਲਾਕਾਰ, ਇੱਕ ਐਸਾ ਫਨਕਾਰ ਮੌਜੂਦ ਹੈ, ਪੰਜਾਬੀ ਇੰਡਸਟਰੀ ਦਾ ਐਸਾ ਹੀਰਾ ਜੋ ਜਿੱਥੇ ਵੀ ਜੜਿਆ ਜਾਵੇ ਉਹਦੀ ਚਮਕ ਦੂਰੋਂ ਹੀ ਦਿਸ ਪੈਂਦੀ ਹੈ। ਮੈਂ ਗੱਲ ਕਰ ਰਿਹਾ ਜੀ ਗੁਰਪ੍ਰੀਤ ਘੁੱਗੀ ਜੀ ਦੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ। ਬਹੁਤ ਖੁਸ਼ੀ ਦੀ ਗੱਲ ਹੈ ਭਾਅ ਜੀ, ਅੱਜ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਅਤੇ ਮੈਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਮੈਂ ਤੁਹਾਡੇ ਨਾਲ ਬੈਠਾ ਇੰਟਰਵਿਊ ਲਈ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਗੇ ਤਾਂ ਮੀਡੀਆ ਬੁਲੰਦ ਰਹਿੰਦਾ ਜੀ, ਬਟ ਅੱਜ ਉਸ ਮੀਡੀਆ ਨੇ ਬੁਲਾਇਆ ਜਿਹੜਾ ਫੋਰਐਵਰ ਹੈ, ਅਸੀਂ ਵੀ ਫੋਰਐਵਰ ਹੋ ਗਏ ਅੱਜ। ਹਾਂਜੀ ਬਿਲਕੁਲ ਭਾਅ ਜੀ, ਸਟਾਰਟ ਮੈਂ ਕਰਦਾ ਪੰਜਾਬੀ ਇੰਡਸਟਰੀ ਤੋਂ ਜੀ। ਪੰਜਾਬੀ ਇੰਡਸਟਰੀ ਦੀ ਸ਼ੁਰੂਆਤ ਹੋਈ ਸੀ ਜੀ ਆਇਆਂ ਨੂੰ ਫਿਲਮ ਤੋਂ ਜੀ, ਤੇ ਅੱਜ ਉਸ ਇੰਡਸਟਰੀ ਨੂੰ 14 ਸਾਲ ਹੋ ਗਏ ਖੜੇ ਹੋਇਆਂ ਨੂੰ ਦੁਬਾਰਾ, ਕਿੱਥੇ ਦੇਖਦੇ ਹੋ ਇੰਡਸਟਰੀ ਨੂੰ ਅੱਜ? ਬਿਲਕੁਲ ਜੀ, ਜੋ 14 ਸਾਲ ਪਹਿਲਾਂ ਅਸੀਂ ਸੋਚਿਆ ਸੀ, ਕਿਉਂਕਿ ਜੀ ਆਇਆਂ ਨੂੰ ਮੇਰੀ ਵੀ ਡੈਬਿਊ ਮੂਵੀ ਸੀ। ਬਿਲਕੁਲ, ਉਹ ਮੇਰੀ ਪਹਿਲੀ ਫਿਲਮ ਸੀ ਜਿਹੜੀ ਪੰਜਾਬੀ ਫਿਲਮ ਜਿਹਦੇ 'ਚ ਮੈਂ ਕੰਮ ਕੀਤਾ ਸੀ, ਔਰ ਉਦੋਂ ਜੋ ਅਸੀਂ ਸੁਪਨਾ ਲਿਆ ਸੀ ਔਰ ਅਸੀਂ ਸੋਚਿਆ ਸੀ 20 ਸਾਲ ਬਾਅਦ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਬਣ ਕੇ ਖੜੀ ਹੋਏਗੀ, ਬਟ ਉਹ ਅੱਜ ਮੈਂ 14 ਸਾਲ ਬਾਅਦ ਹੀ ਉਹ ਚੀਜ਼ ਦੇਖ ਰਿਹਾ ਜਿਹੜੀ ਅਸੀਂ 20 ਸਾਲ ਬਾਅਦ ਤਸੱਵਰ ਕੀਤੀ ਸੀ। ਔਰ ਸਰਦਾਰ ਮਨਮੋਹਨ ਸਿੰਘ ਹੋਣਾ ਨੂੰ ਕ੍ਰੈਡਿਟ ਜਾਂਦਾ ਇਹਦਾ, ਜੀ ਆਇਆਂ ਨੂੰ ਅਸਾਂ ਨੂੰ ਮਾਣ ਵਤਨਾਂ ਦਾ, ਯਾਰਾਂ ਨਾਲ ਬਹਾਰਾਂ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਮੁੰਡੇ UK ਦੇ, ਅੱਜ ਦੇ ਰਾਂਝੇ, ਇੱਕ ਕੁੜੀ ਪੰਜਾਬ ਦੀ, ਪਤਾ ਨਹੀਂ ਕੈਸੀਆਂ ਕੈਸੀਆਂ ਕਮਾਲ ਦੀਆਂ ਫਿਲਮਾਂ ਮਾਨ ਜੀ ਨੇ ਆਪਣੇ ਟਾਈਮ ਦੇ ਵਿੱਚ ਦੇ ਦਿੱਤੀਆਂ। ਔਰ ਜਿਮੀ ਸ਼ੇਰਗਿੱਲ ਉਹਨਾਂ ਨੂੰ ਪੰਜਾਬੀ ਇੰਡਸਟਰੀ ਨਾਲ ਇੰਟਰੋਡਿਊਸ ਮਨਮੋਹਨ ਸਿੰਘ ਉਹਨਾਂ ਨੇ ਕਰਾਇਆ ਸੀ ਯਾਰਾਂ ਨਾਲ ਬਹਾਰਾਂ ਫਿਲਮ ਦੇ ਵਿੱਚ। ਸੋ ਉਦੋਂ ਹੀ ਗੋਲਡਨ ਏਰਾ ਜਿਹੜਾ ਪੰਜਾਬੀ ਇੰਡਸਟਰੀ ਦਾ ਸ਼ੁਰੂ ਹੋ ਗਿਆ ਸੀ, ਔਰ ਅੱਜ ਮੈਨੂੰ ਲੱਗਦਾ ਇਹਦੀ ਚਮਕ ਜਿਹੜੀ ਹੈ ਪੂਰੇ ਸੰਸਾਰ ਦੇ ਵਿੱਚ ਦੇਖੀ ਜਾ ਸਕਦੀ ਹੈ। ਜਿਮੀ ਭਾਅ ਜੀ ਦੀ ਤੁਸੀਂ ਗੱਲ ਕੀਤੀ ਹੈ, ਜਿਮੀ ਭਾਅ ਜੀ ਦੀ ਤਾਂ ਤੁਹਾਡੀ ਇੱਕ ਫਿਲਮ ਆ ਰਹੀ ਹੈ ਨਵੀਂ ਜਿਹਦੇ ਲਈ ਆਪਾਂ ਅੱਜ ਇੱਥੇ ਬੈਠੇ ਹਾਂ, ਦਾਣਾ ਪਾਣੀ ਜੀ। ਸੋ ਪਹਿਲਾਂ ਤਾਂ ਮੈਨੂੰ ਦਾਣਾ ਪਾਣੀ ਬਾਰੇ ਦੱਸੋ ਕਿ ਦਾਣਾ ਪਾਣੀ ਕੀ ਚੀਜ਼ ਹੈ, ਤਾਂ ਕਿ ਸਾਡੀ ਆਡੀਅੰਸ ਨੂੰ ਵੀ ਪਤਾ ਲੱਗ ਸਕੇ ਪੁਰਾਣਾ ਵਰਡ ਜਿਹੜੇ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ। ਦੇਖੋ ਜੀ, ਇਹਦੇ ਲਈ ਮੈਂ ਤੁਹਾਨੂੰ ਇੱਕ ਨਾ ਗੀਤ ਦੇ ਬੋਲ ਦੱਸਣਾ, ਕਹਿੰਦੇ ਮੋਰ ਪੁੱਛੇਂਦੇ ਕੂੰਜਾਂ ਕੋਲੋਂ ਤੁਸਾਂ ਨਿੱਤ ਪਰਦੇਸ਼ ਤਿਆਰੀ, ਜਾਂ ਤਾਂ ਤੁਹਾਡਾ ਵਤਨ ਕਚੱਜੜਾ ਜਾਂ ਨਾਲ ਕਿਸੇ ਦੇ ਯਾਰੀ, ਕੂੰਜਾਂ ਆਖਣ ਸੁਣਵੇ ਮੋਰਾ ਸਾਡੀ ਕਿਉਂ ਪਰਦੇਸ ਤਿਆਰੀ, ਨਾ ਤਾਂ ਸਾਡਾ ਵਤਨ ਕਚੱਜੜਾ ਨਾ ਨਾਲ ਕਿਸੇ ਦੇ ਯਾਰੀ, ਉਸ ਡਾਢੇ ਰੱਬ ਨੇ ਚੋਗ ਖਿਲਾਰੀ ਤੇ ਸਾਨੂੰ ਭਰਨੀ ਪਏ ਉਡਾਰੀ। ਇਹ ਦਾਤੇ ਨੇ ਚੋਗ ਖਿਲਾਰੀ, ਜਿੱਥੇ ਜਿੱਥੇ ਜਿਹਦੇ ਦਾਣੇ ਖਿਲਾਰੇ ਨੇ ਉੱਥੇ ਚੁਗਣ ਜਾਣਾ ਪੈਂਦਾ, ਇਹਨੂੰ ਕਹਿੰਦੇ ਦਾਣਾ ਪਾਣੀ। ਕਿਉਂਕਿ ਬੰਦਾ ਕਈ ਵਾਰੀ ਕੁਛ ਸੋਚਦਾ ਹੀ ਨਹੀਂ, ਕੋਈ ਤੁਹਾਡੇ ਧਿਆਨ 'ਚ ਨਹੀਂ ਹੁੰਦਾ, ਅਚਾਨਕ ਪ੍ਰੋਗਰਾਮ ਬਣਦਾ, ਅਚਾਨਕ ਤੁਸੀਂ ਕਿਤੇ ਪਹੁੰਚ ਜਾਂਦੇ, ਅਚਾਨਕ ਤੁਹਾਨੂੰ ਜਾਣਾ ਪੈ ਜਾਂਦਾ, ਅਚਾਨਕ ਹੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਰਾਤ ਕਿੱਥੇ ਸੀ ਸਵੇਰੇ ਕਿੱਥੇ ਹੋ, ਜਾਂ ਜ਼ਿੰਦਗੀ 'ਚ ਤੁਸੀਂ ਅੱਜ ਇੱਥੇ ਸੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ, ਜਿਹੜੇ ਮੁਲਕ ਦਾ, ਜਿਹੜੇ ਸ਼ਹਿਰ ਦਾ ਕਦੀ ਨਾਂ ਨਹੀਂ ਸੋਚਿਆ ਹੁੰਦਾ, ਸੁਣਿਆ ਹੁੰਦਾ, ਉੱਥੇ ਤੁਸੀਂ ਜਾ ਕੇ ਵੱਸ ਜਾਂਦੇ ਹੋ। ਦਿਸ ਇਜ਼ ਕਾਲਡ ਕਿ ਦਾਣਾ ਪਾਣੀ ਖਿੱਚ ਕੇ ਲਿਜਾਂਦਾ, ਬੰਦਾ ਪਲੈਨ ਨਹੀਂ ਕਰਦਾ ਕਿ ਮੈਂ ਜ਼ਿੰਦਗੀ 'ਚ ਅੱਗੋਂ ਅੱਗੋਂ ਕੀ ਕਰਨਾ। ਸੋ ਦਾਣਾ ਪਾਣੀ ਇੱਕ ਉਹ ਲਫ਼ਜ਼ ਆ ਜਿਹੜਾ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਹੋ ਜਿਹੇ ਮਹੀਨ ਸ਼ਬਦ, ਬਟ ਨਾਲ ਹੀ ਮਹਾਨ ਸ਼ਬਦ ਵੀ ਕਹਾਂਗਾ, ਮਹੀਨ ਅਤੇ ਮਹਾਨ ਸ਼ਬਦ ਦੇ ਉੱਤੇ ਵੀ ਕਿਸੇ ਨੇ ਫਿਲਮ ਬਣਾਉਣ ਦਾ ਸੋਚਿਆ, ਉਹਨਾਂ ਦੀ ਸੋਚ ਨੂੰ ਸਲਾਮ ਹੈ ਜਿਨ੍ਹਾਂ ਨੇ ਇਹ ਫਿਲਮ ਬਣਾਉਣ ਬਾਰੇ ਸੋਚਿਆ। ਜਸ ਗਰੇਵਾਲ ਜੀ, ਜਸ ਗਰੇਵਾਲ ਅਤੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ। ਜਸ ਭਾਅ ਜੀ ਨਾਲ ਤੁਸੀਂ ਪਹਿਲਾਂ ਵੀ ਫਿਲਮ ਕੀਤੀ, ਤੁਹਾਡੀ ਪਹਿਲੀ ਫਿਲਮ ਜਿਹੜੀ ਜਸ ਭਾਅ ਜੀ ਨਾਲ ਸੀਗੀ ਜੱਟ ਜੇਮਸ ਬੋਂਡ ਜੀ, ਅਤੇ ਹੁਣ ਵੀ ਤੁਸੀਂ ਉਹਨਾਂ ਨਾਲ ਫਿਲਮ ਕਰ ਰਹੇ ਹੋ। ਮੈਨੂੰ ਲੱਗਦਾ ਕਿ ਜਸ ਗਰੇਵਾਲ ਜੇ ਮੈਂ ਦੇਖਾਂ ਤਾਂ ਪੰਜਾਬੀ ਇੰਡਸਟਰੀ ਦਾ ਇੱਕ ਐਸਾ ਨਾਮ ਹੈ ਜਿਹਨੇ ਪੰਜਾਬੀ ਇੰਡਸਟਰੀ ਨੂੰ ਕਾਫੀ ਬਦਲਿਆ, ਤੁਸੀਂ ਕਿਸ ਨਜ਼ਰੀਏ ਨਾਲ ਦੇਖ? ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕਰਦਾ ਹੁੰਦਾ ਕਿ ਜਸ ਗਰੇਵਾਲ ਇੱਕ ਨਵੀਨਤਾ ਲੈ ਕੇ ਆਇਆ, ਕਿਉਂਕਿ ਜਦੋਂ ਕੋਈ ਕਲਾਕਾਰ ਵੀ ਪਾਪੂਲਰ ਹੁੰਦਾ ਨਾ, ਉਹ ਤਾਂ ਹੀ ਪਾਪੂਲਰ ਹੁੰਦਾ, ਕੋਈ ਨਵੀਨਤਾ ਹੁੰਦੀ ਉਹਦੇ ਅੰਦਰ। ਦੇਖੋ, ਇੰਨੇ ਸਾਲ ਹੋ ਗਏ ਨੇ ਫਿਲਮਾਂ ਬਣਦਿਆਂ ਨੂੰ, ਟੈਲੀਵਿਜ਼ਨ ਚੱਲਦਿਆਂ ਨੂੰ, ਤੁਹਾਡੇ ਕੋਲ ਅੱਜ ਕਾਮੇਡੀਅਨ ਜਿਹੜੇ ਨੇ ਉਹ 4-5-6 ਹੀ ਨੇ, ਹਾਂਜੀ, ਸਿੰਗਰਸ ਤਾਂ ਬਹੁਤ ਨੇ ਸਾਡੇ ਕੋਲ ਪੰਜਾਬ 'ਚ। ਇਹਦਾ ਰੀਜ਼ਨ ਇਹੀ ਹੈ ਕਿ ਆਰਟਿਸਟ ਜਾਂ ਸਪੈਸ਼ਲੀ ਕਮੇਡੀਅਨ ਜਾਂ ਸਿੰਗਰ ਵੀ ਕਹਿ ਲਓ, ਉਹੀ ਪਾਪੂਲਰ ਹੁੰਦਾ ਜਿਹਦੇ ਕੋਲ ਕੋਈ ਨਵੀਨਤਾ ਹੁੰਦੀ ਹੈ, ਲੋਕਾਂ ਦੇ ਦਿਲਾਂ 'ਚ ਉਹ ਵੱਸਦਾ। ਟੈਂਪਰੇਰੀ ਤੌਰ 'ਤੇ ਤਾਂ ਕੋਈ ਵੀ ਪਾਪੂਲਰ ਹੋ ਜਾਂਦਾ। ਹੁਣ ਗੁਰਦਾਸ ਮਾਨ ਸਾਹਿਬ ਇੱਕ ਨਵੀਨਤਾ ਲੈ ਕੇ ਆਏ ਸੀ, ਅਤੇ ਅੱਜ 40 ਸਾਲ ਬਾਅਦ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਨੇ। ਸਰਦੂਲ ਸਿਕੰਦਰ ਸਾਹਿਬ, ਹੰਸ ਭਾਅ ਜੀ, ਮਨਮੋਹਨ ਵਾਰਸ, ਜੱਸੀ ਹੁਣੀ, ਸਾਰੇ ਇੱਕ ਨਵੀਨਤਾ ਲੈ ਕੇ ਆਏ ਸੀ। ਇੱਦਾਂ ਹੀ ਜਸ ਗਰੇਵਾਲ ਰਾਈਟਿੰਗ ਦੇ ਵਿੱਚ ਇੱਕ ਨਵੀਨਤਾ ਲੈ ਕੇ ਆਇਆ। ਉਹਨੂੰ ਮੈਂ ਕਹਿੰਦਾ ਹੁੰਦਾ ਕਿ ਉਹਦੀ ਰਾਈਟਿੰਗ ਇੱਦਾਂ ਦੀ ਹੈ ਜਿਵੇਂ ਫਿਲਮ ਦੇਖ ਰਹੇ ਹੋ, ਅਤੇ ਜਿੱਦਾਂ ਤੁਹਾਨੂੰ ਲੱਗਦਾ ਕਿ ਤੁਸੀਂ ਨਾਵਲ ਪੜ੍ਹ ਲਿਆ ਕੋਈ। ਬਿਲਕੁਲ, ਨਾਵਲ ਪੜ੍ਹ ਕੇ ਅਸੀਂ ਇਮੈਜੀਨੇਸ਼ਨ ਦਿਮਾਗ 'ਚ ਬਣਾਉਂਦੇ ਵੀ ਆ ਸੀਨ ਕਿੱਦਾਂ ਹੋਏਗਾ। ਜਸ ਦੀਆਂ ਫਿਲਮਾਂ ਦੇ ਵਿੱਚ ਤੁਹਾਨੂੰ ਨਾਲੋਂ ਨਾਲ ਉਹ ਦ੍ਰਿਸ਼ ਜਿਹੜੇ ਨੇ ਸਕਰੀਨ 'ਤੇ ਦਿਸ ਰਹੇ ਹੁੰਦੇ ਨੇ। ਬਿਲਕੁਲ, ਸੋ ਉਹ ਨਾਵਲ ਵਰਗੀ ਸੋਚ ਰੱਖਦਾ ਬੰਦਾ, ਪੰਜਾਬੀ ਲਿਟਰੇਚਰ, ਪੰਜਾਬੀ ਸਾਹਿਤ ਦੀ, ਪੰਜਾਬੀ ਸੱਭਿਆਚਾਰ ਦੀ, ਔਰ ਪੰਜਾਬੀ ਜੀਵਨ ਜਾਂਚ, ਲਾਈਫ ਸਟਾਈਲ ਜਿਹਨੂੰ ਕਹਿੰਦੇ ਹਾਂ ਅਸੀਂ, ਪੰਜਾਬੀ ਕਲਚਰ ਦੇ ਵੀ ਕਾਫੀ ਨੇੜੇ ਜਾ ਕੇ, ਕਲਚਰ ਤੋਂ ਅੱਗੇ ਬਰੀਕ ਗੱਲ ਹੁੰਦੀ ਜੀਵਨ ਜਾਂਚ ਭਾਅ ਜੀ, ਜਿਹੜੀ ਸਾਡੇ ਅੰਦਰ ਜਿਹਨੂੰ ਪਤਾ ਹੋਵੇ ਵੀ ਜਿਹੜੀ ਖੱਟੇ ਵਾਲੀ ਛੱਲੀ ਉਹਨੂੰ ਲੂਣ ਕਿਵੇਂ ਲਾਈਦਾ। ਬਿਲਕੁਲ, ਦਿਸ ਇਜ਼ ਜੀਵਨ ਜਾਂਚ। ਬਿਲਕੁਲ, ਜਿਹਨੂੰ ਪਤਾ ਹੋਵੇ ਕਿ ਖੱਟੇ ਵਾਲੀ ਛੱਲੀ ਦੇ ਵੀ ਕਦੇ
ਜਿਹਨੂੰ ਪਤਾ ਹੋਵੇ ਭਾਂਡੇ ਕਲੀ ਕਰਾ ਲਓ ਉਹਦੇ ਉੱਤੇ ਵੀ ਕਿਤੇ ਫਿਲਮ ਬਣ ਸਕਦੀ ਹੈ, ਜਿਹਨੂੰ ਨਿੱਕੀਆਂ ਨਿੱਕੀਆਂ ਗੱਲਾਂ ਦਾ ਪਤਾ ਹੋਵੇ ਵੀ ਤੱਕੜੀ ਦੇ ਉੱਤੇ ਬੋਧੀ ਕਿਉਂ ਹੁੰਦੀ ਸੀ, ਨਾਲ ਪਾਸਕੂ ਕਿਉਂ ਲੱਗਦਾ ਸੀ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਉਸ ਲਾਈਫ ਸਟਾਈਲ ਦੇ ਨਾਲ ਜੋੜਦੀਆਂ ਨੇ, ਔਰ ਇਹ ਸਿਰਫ ਮੈਂ ਇਸ ਸਮੇਂ ਦੇ ਵਿੱਚ ਸਿਰਫ ਜੱਸ ਕੋਲ ਵੇਖੀ ਹੈ ਚੀਜ਼। ਜੇ ਗੁਰਪ੍ਰੀਤ ਘੁੱਗੀ ਭਾਅ ਜੀ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਇੱਕ ਸੰਜੀਦਾ ਐਕਟਰ ਵੀ ਨੇ ਕੋਮੇਡੀਅਨ ਦੇ ਨਾਲ ਨਾਲ, ਅਤੇ ਇਸ ਫਿਲਮ ਦੇ ਵਿੱਚ ਉਹਨਾਂ ਦਾ ਕਿੱਦਾਂ ਦਾ ਕਿਰਦਾਰ ਹੈ? ਇਸ ਫਿਲਮ ਦੇ ਵਿੱਚ ਮੇਰਾ ਉਸ ਤਰ੍ਹਾਂ ਦਾ ਕਿਰਦਾਰ ਹੈ ਜਿੱਦਾਂ ਦਾ ਮੈਂ ਹੈਗਾ ਅੰਦਰੋਂ, ਔਰ ਜਿੱਦਾਂ ਦਾ ਮੈਂ ਜੀਣਾ ਚਾਹੁੰਦਾ, ਜਿੱਦਾਂ ਦਾ ਮੈਂ ਰਹਿਣਾ ਚਾਹੁੰਦਾ। ਕਾਮੇਡੀਅਨ ਮੈਂ ਹੈਗਾ, ਲੋਕ ਬਹੁਤ ਪਿਆਰ ਕਰਦੇ ਨੇ, ਔਰ ਕਾਮੇਡੀ ਕਰਕੇ ਮੈਨੂੰ ਨਸ਼ਾ ਵੀ ਬਹੁਤ ਹੁੰਦਾ। ਦੇਖੋ ਕਾਮੇਡੀ ਜਿਹੜੀ ਹੈ ਉਹ ਮੇਰਾ ਜਨੂੰਨ ਹੈ, ਔਰ ਸੰਜੀਦਾ ਅਦਾਕਾਰੀ ਮੇਰੀ ਜ਼ਿੰਦਗੀ ਹੈ, ਔਰ ਜ਼ਿੰਦਗੀ ਤੋਂ ਬਿਨਾਂ ਜਨੂੰਨ ਦਾ ਕੋਈ ਮੁੱਲ ਨਹੀਂ, ਜਨੂੰਨ ਤੋਂ ਬਿਨਾਂ ਜ਼ਿੰਦਗੀ ਬੇਕਾਰ ਹੈ। ਸੋ ਕਾਮੇਡੀ ਜਿਹੜੀ ਹੈ ਇਹ ਮੇਰੇ ਜਨੂੰਨ ਦੀ ਤਰ੍ਹਾਂ ਸਿਰ 'ਤੇ ਚੜ੍ਹ ਕੇ ਬੋਲਦੀ ਹੈ, ਪਰ ਸੰਜੀਦਾ ਕਿਰਦਾਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਮੈਂ ਜ਼ਿੰਦਗੀ ਵਾਂਗੂ ਜਿਉਂਦਾ। ਬਿਲਕੁਲ ਭਾਅ ਜੀ, ਅਤੇ ਅੱਜ ਤੁਸੀਂ ਇੱਕ ਨਵੇਂ ਡਾਇਰੈਕਟਰ ਜਿਵੇਂ ਕਿ ਯੰਗ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਦੀ ਜੇ ਮੈਂ ਗੱਲ ਕਰਾਂ, ਪੰਜਾਬੀ ਇੰਡਸਟਰੀ ਨੂੰ ਬੜੇ ਨਵੇਂ ਡਾਇਰੈਕਟਰ ਮਿਲ ਰਹੇ ਨੇ, ਅਤੇ ਉਹਨਾਂ ਦੀ ਪਿਛਲੀ ਫਿਲਮ ਰੱਬ ਦਾ ਰੇਡੀਓ ਵੀ ਕਾਫੀ ਅੱਛੀ ਗਈ, ਅਤੇ ਇਸ ਫਿਲਮ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਪਰਸਨਲੀ? ਮੈਂ ਕਹਾਣੀ ਸੁਣ ਕੇ ਹੀ ਜੱਸ ਉਹਨਾਂ ਨੂੰ ਹਾਂ ਕਰਤੀ ਸੀ, ਔਰ ਕੰਨ 'ਚ ਕਹਿਤਾ ਸੀ ਕਿ ਪੈਸੇ ਜੇ ਤੁਸੀਂ ਮੈਨੂੰ ਲੜ ਲੁੜ ਕੇ ਘੱਟ ਵੀ ਦਿੱਤੇ ਨਾ ਮੈਂ ਤਾਂ ਵੀ ਮੰਨ ਜਾਣਾ, ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਕਰਕੇ ਤੁਹਾਨੂੰ ਸਵਾਦ ਆਉਂਦਾ। ਔਰ ਮੈਂ ਫਿਰ ਕਹਿੰਦਾ ਕਿ ਜੇ ਇਹ ਮੈਨੂੰ ਕੁਛ ਵੀ ਨਾ ਦਿੰਦੇ ਨਾ ਇਹ ਫਿਲਮ ਮੈਂ ਤਾਂ ਵੀ ਕਰਨੀ ਸੀ, ਕਹਿ ਦਿੰਦੇ ਰੋਟੀ ਪਾਣੀ ਤਾਂ ਦਿੱਤਾ ਮੈਨੂੰ ਬਿਲਕੁਲ, ਔਰ ਜੇ ਨਾ ਦਿੰਦੇ ਮੈਂ ਤਾਂ ਵੀ ਫਿਲਮ ਕਰਨੀ ਸੀ, ਕਿਉਂਕਿ ਕੁਛ ਚੀਜ਼ਾਂ ਨਹੀਂ ਤੁਹਾਡਾ ਕਰਨ ਨੂੰ ਦਿਲ ਕਰਦਾ, ਤਾਂ ਹਿੱਸਾ ਬਣਨ ਨੂੰ ਦਿਲ ਕਰਦਾ। ਇਹਦੀ ਕਹਾਣੀ ਸੁਣ ਕੇ ਮੈਨੂੰ ਲੱਗਾ ਸੀ ਕਿ ਆਈ ਸ਼ੁੱਡ ਬੀ ਅ ਪਾਰਟ ਆਫ ਦਿਸ ਮੂਵੀ। ਅਤੇ ਡਾਇਰੈਕਟਰ ਸਾਹਿਬ ਦੀ ਜੇ ਮੈਂ ਗੱਲ ਕਰਾਂ ਉਹ ਕਿੱਦਾਂ ਦੇ ਸੀ? ਡਾਇਰੈਕਟਰ ਬਹੁਤ ਯੰਗ ਹੈ, ਨਵਾਂ ਮੁੰਡਾ ਹੈ, ਬਟ ਇਹ ਉੱਦਾਂ ਹੀ ਹੈ ਜਿੱਦਾਂ ਫੌਜ ਵਿੱਚ ਬੰਦਾ ਭਾਵੇਂ 34 ਸਾਲ ਦੀ ਨੌਕਰੀ ਕਰ ਲਏ ਜੀ, ਜਦੋਂ ਕੋਈ ਯੰਗ ਲੈਫਟੀਨੈਂਟ ਆਉਂਦਾ ਤਾਂ ਫਿਰ ਜੇ ਉਹ ਵਧੀਆ ਕੰਮ ਕਰਦਾ ਤਾਂ ਉਹਨੂੰ ਸਲੂਟ ਮਾਰ ਕੇ ਮਜ਼ਾ ਆਉਂਦਾ। ਸੋ ਮੈਂ ਇਸ ਯੰਗ ਲੈਫਟੀਨੈਂਟ ਨੂੰ, ਸਾਡੀ ਪੰਜਾਬੀ ਫਿਲਮ ਆਰਮੀ ਦਾ ਯੰਗ ਲੈਫਟੀਨੈਂਟ ਹੈ, ਔਰ ਹੁਣ ਤਾਂ ਖੈਰ ਕੰਮ ਕਰਕੇ ਕੈਪਟਨ ਮੇਜਰ ਪਤਾ ਨਹੀਂ ਕੀ ਹੋ ਗਿਆ, ਪ੍ਰਮੋਸ਼ਨਾਂ ਵੀ ਨਾਲੋਂ ਨਾਲ ਹੀ ਮਿਲ ਗਈਆਂ ਇਹਨੂੰ, ਮੈਂ ਸਲਿਊਟ ਕਰਦਾ ਜੀ ਇਹਦੇ ਕੰਮ ਨੂੰ ਵੀ। ਕਿਆ ਬਾਤ ਹੈ ਭਾਜੀ, ਅਤੇ ਜਿੰਮੀ ਭਾਅ ਜੀ, ਜਿੰਮੀ ਭਾਅ ਜੀ ਨਾਲ ਤੁਸੀਂ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ, ਮਤਲਬ ਕਿ ਜਦੋਂ ਪੰਜਾਬੀ ਇੰਡਸਟਰੀ ਦੀ ਸ਼ੁਰੂਆਤ ਹੋਈ ਸੀ ਉਹਨਾਂ ਦੀ ਪਹਿਲੀ ਫਿਲਮ ਤੋਂ ਬਾਅਦ, ਅੱਜ ਜਿਹੜੀ ਫਿਲਮ ਆਈ ਹੈ ਦਾਣਾ ਪਾਣੀ, ਉਹਦੇ 'ਚ ਵੀ ਤੁਸੀਂ ਉਹਨਾਂ ਦੇ ਨਾਲ, ਉਹਨਾਂ ਬਾਰੇ ਕੀ ਕਹਿਣਾ? ਜਿੰਮੀ ਸ਼ੇਰਗਿੱਲ ਹੁਣਾਂ ਨੂੰ ਮੈਂ ਅਕਸਰ ਕਹਿੰਦਾ ਹੁੰਦਾ ਕਿ ਸਾਡੇ ਕੋਲ ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਕੰਪਲੀਟ ਐਕਟਰ ਹੀਰੋ ਇੱਕੋ ਹੀ ਅਜੇ ਤੱਕ, ਬਿਲਕੁਲ, ਜਿਹਨੂੰ ਲੋਕਾਂ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਪ੍ਰਵਾਨ ਕੀਤਾ ਹੋਇਆ, ਔਰ ਉਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਵੀ ਬਹੁਤ ਰੱਖਿਆ, ਔਰ ਐਜ਼ ਐਨ ਐਕਟਰ ਵੀ ਉਹ ਖੁੱਭ ਕੇ ਕੰਮ ਦੇ ਵਿੱਚ ਕੰਮ ਕਰਦੇ ਆ, ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੰਜਾਬੀ ਇੰਡਸਟਰੀ ਨੂੰ ਪ੍ਰੋਪਰ ਬਣਦਾ ਟਾਈਮ ਦਿੰਦੇ ਆ। ਸੋ ਜਿੰਮੀ ਸ਼ੇਰਗਿੱਲ ਇਜ਼ ਅ ਫੈਂਟੈਸਟਿਕ ਐਕਟਰ, ਅ ਸੁਪਰ ਫਾਈਨ ਪਰਸਨ, ਔਰ ਉਹਨਾਂ ਨਾਲ ਕੰਮ ਕਰਕੇ ਹਮੇਸ਼ਾ ਚੰਗਾ ਲੱਗਦਾ। ਅਸੀਂ ਬੜੀਆਂ ਹਿੱਟ ਫਿਲਮਾਂ ਇਕੱਠਿਆਂ ਨੇ ਦਿੱਤੀਆਂ, ਜਿਨ੍ਹਾਂ 'ਚ ਯਾਰਾਂ ਨਾਲ ਬਹਾਰਾਂ ਵੀ ਸੀ, ਵਿੱਚ ਹੋਰ ਸੀ ਇੱਕ ਦੋ, ਬਟ ਜਿਹੜੀ ਸੁਪਰ ਹਿੱਟ ਮੂਵੀ ਸਾਡੀ ਸੀ ਉਹ ਸੀ ਮੁੰਡੇ UK ਦੇ, ਉਸ ਤੋਂ ਬਾਅਦ ਵੀ ਫਿਲਮਾਂ ਕੀਤੀਆਂ ਉਹਨਾਂ ਨਾਲ, ਬਟ ਆਹ ਜਿਹੜੀ ਹੈ ਮੈਨੂੰ ਲੱਗਦਾ ਕਿ ਸਾਡੇ ਦੋਵਾਂ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਮੈਂ ਕਹਿੰਦੇ ਸਵਰਨ ਅੱਖਰਾਂ ਦੇ ਵਿੱਚ ਲਿਖਾਂਗਾ ਕਿ ਇਹ ਫਿਲਮ ਵੀ ਅਸੀਂ ਇਕੱਠਿਆਂ ਨੇ ਕੀਤੀ ਸੀ, ਇਹ ਜਿੰਮੀ ਸ਼ੇਰਗਿੱਲ ਔਰ ਮੈਂ ਇੱਕੋ ਫਿਲਮ 'ਚ ਕੰਮ ਕੀਤਾ, ਔਰ ਉਹ ਫਿਲਮ ਬਹੁਤ ਪਿਆਰੀ ਸੀ, ਉਹਨਾਂ ਉਸ ਲਿਸਟ ਦੇ ਵਿੱਚ ਦਾਣਾ ਪਾਣੀ ਵੀ ਲਿਖੀ ਗਈ ਹੈ। ਮੈਂ ਇੱਕ ਪਰਸਨਲ ਤੌਰ 'ਤੇ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਕਾਮੇਡੀ ਐਕਟਰ ਜਾਂ ਕਾਮੇਡੀਅਨ ਬਣਨਾ ਤੁਹਾਨੂੰ ਜ਼ਿਆਦਾ ਪਸੰਦ ਲੱਗਦਾ ਜਾਂ ਸੰਜੀਦਾ ਰੋਲ ਕਰਨਾ ਚਾਹੁੰਦਾ? ਇਹਦਾ ਜਵਾਬ ਮੈਂ ਪਹਿਲਾਂ ਬ੍ਰਦਰ ਦੇ ਬੈਠਾ ਕਿ ਜਨੂੰਨ ਬਿਨਾਂ ਜ਼ਿੰਦਗੀ ਨਹੀਂ, ਜ਼ਿੰਦਗੀ ਬਿਨਾਂ ਜਨੂੰਨ ਨਹੀਂ, ਸੰਜੀਦਾ ਅਦਾਕਾਰੀ ਮੇਰੀ ਜ਼ਿੰਦਗੀ ਹੈ, ਕਾਮੇਡੀ ਮੇਰਾ ਜਨੂੰਨ ਹੈ। ਅਤੇ ਇਸ ਤੋਂ ਇਲਾਵਾ ਇੱਕ ਬਹੁਤ ਵੱਡੀ ਸਟਾਰਕਾਸਟ ਵੀ ਹੈ ਇਸ ਫਿਲਮ ਦੇ ਵਿੱਚ, ਕਾਫੀ ਚਿਹਰੇ ਨੇ ਜਿਹੜੇ ਆਡੀਅੰਸ ਨੂੰ ਟ੍ਰੇਲਰ ਦੇ ਵਿੱਚ ਵੀ ਦਿਖ ਰਹੇ ਨੇ, ਜਿਵੇਂ ਮੈਂ ਗੱਲ ਕਰਾਂ ਛੋਟੇ ਕਲਾਕਾਰ ਵੀ, ਜਿਵੇਂ ਛੋਟਾ ਜਿਹੇ ਸਿਮੀ ਦਾ ਛੋਟਾ ਕਰੈਕਟਰ ਪਲੇ ਕੀਤਾ ਉਹ ਲੜਕੀ ਹੋ ਗਈ, ਜਾਂ ਬਹੁਤ ਹੋਰ ਵੀ ਆਰਟਿਸਟ ਨੇ, ਐਡੀ ਵੱਡੀ ਸਟਾਰਕਾਸਟ ਨਾਲ ਕੰਮ ਕਰਨਾ ਤੁਸੀਂ ਪਹਿਲਾਂ ਵੀ ਕੀਤਾ, ਕਿਉਂਕਿ ਕਾਫੀ ਲੰਮੀ ਚੌੜੀ ਸਟਾਰਕਾਸਟ ਮੈਂ ਦੇਖੀ ਹੈ ਟ੍ਰੇਲਰ ਦੇ ਵਿੱਚ ਵੀ, ਕਿੱਦਾਂ ਰਿਹਾ ਐਡੀ ਵੱਡੀ ਸਟਾਰਕਾਸਟ ਨਾਲ ਕੰਮ? ਸਟਾਰਕਾਸਟ ਲੰਮੀ ਹੋਣਾ ਜਾਂ ਛੋਟੀ ਹੋਣਾ ਕੋਈ ਮਾਣੇ ਨਹੀਂ ਰਖਾਉਂਦਾ, ਬੜੀਆਂ ਬੜੀਆਂ ਵੱਡੀਆਂ ਸਟਾਰਕਾਸਟ ਨਾਲ ਮੈਂ ਫਲੋਪ ਫਿਲਮਾਂ ਬਣਦੀਆਂ ਦੇਖੀਆਂ, ਪਰ ਤੁਹਾਡੀ ਖੂਬਸੂਰਤੀ ਇਹ ਹੁੰਦੀ ਕਿ ਤੁਸੀਂ ਆਰਟਿਸਟ ਲੱਭੇ ਕਿਸ ਤਰ੍ਹਾਂ ਦੇ ਆ। ਇਸ ਫਿਲਮ ਦੀ ਖੂਬਸੂਰਤੀ ਇਹ ਕਿ ਚਾਹੇ ਕਿਸੇ ਦਾ 2 ਲਾਈਨਾਂ ਦਾ ਰੋਲ ਵੀ ਹੈ ਉਹਨੂੰ ਵੀ ਪੁਣ ਛਾਣ ਕੇ ਲਿਆਂਦਾ ਗਿਆ ਫਿਲਮ ਦੇ ਵਿੱਚ। ਬੜੀ ਸੋਹਣੀ ਕਾਰ ਖੜ੍ਹੀ ਹੋਵੇ, 4 ਦਰਵਾਜ਼ੇ ਹੈ, 3 ਹੈਂਡਲ ਸਹੀ ਨੇ, 1 ਨੂੰ ਹੈਂਡਲ ਲੱਗਾ ਹੋਵੇ ਆਟੋ ਦਾ, ਤਾਂ ਫਿਰ ਲੱਗਦਾ ਕਿ ਯਾਰ ਕੋਈ ਮਿਸਮੈਚ ਹੈ, ਮਿਸਫਿਟ ਹੈ ਚੀਜ਼ ਇੱਥੇ, ਹੈ ਨਾ। ਸੋ ਉਹਨਾਂ ਨੇ ਇੱਕ ਇੱਕ ਲਾਈਨ ਬੋਲਣ ਵਾਲੇ ਐਕਟਰ ਵੀ ਜਿਹੜੇ ਨੇ ਪੁਣ ਛਾਣ ਕੇ ਲਿਆਂਦੇ ਨੇ, ਔਰ ਹਰ ਐਕਟਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਪਣੇ ਕੰਮ ਨਾਲ ਇਨਸਾਫ ਕਰ ਰਿਹਾ। ਅਤੇ ਸਿਮੀ ਚਾਹਲ ਜੀ ਦੀ ਜੇ ਮੈਂ ਗੱਲ ਕਰਾਂ, ਸਿਮੀ ਚਾਹਲ ਪੰਜਾਬੀ ਇੰਡਸਟਰੀ ਨੂੰ ਇੱਕ ਨਵੀਂ ਹੀਰੋਇਨ ਮਿਲੀ ਹੈ, ਅਤੇ ਤੁਹਾਨੂੰ ਪਰਸਨਲੀ ਵੀ ਮੈਂ ਸੁਣਿਆ ਕਿ ਤੁਸੀਂ ਸਿਮੀ ਜੀ ਦੀ ਕਾਫੀ ਤਾਰੀਫ ਕਰਦੇ ਹੋ, ਕਿੱਦਾਂ ਦੇ ਲੱਗੇ ਤੁਹਾਨੂੰ? ਸਿਮੀ ਦਾ ਮੈਂ ਫੈਨ ਹਾਂ ਜੀ, ਸਿਮੀ ਇਜ਼ ਜਸਟ ਅਮੇਜ਼ਿੰਗ, ਸੁਪਰਬ, ਇੱਕ
ਖੂਬਸੂਰਤੀ ਰੰਗ ਰੂਪ ਦੀ ਨਹੀਂ ਹੁੰਦੀ, ਖੂਬਸੂਰਤੀ ਤੁਹਾਡੇ ਚਿਹਰੇ ਦੀ, ਤੁਹਾਡੇ ਅੱਖਾਂ ਦੇ ਜਲਾਓ ਦੀ, ਤੁਹਾਡੇ ਨੂਰ ਦੀ ਹੁੰਦੀ ਹੈ, ਤੁਹਾਡੀ ਸਮਾਈਲ ਦੀ ਹੁੰਦੀ ਹੈ। ਤਾਂ ਸ਼ੀ ਹੈਜ਼ ਐਵਰੀਥਿੰਗ। ਬੜੀ ਖੂਬਸੂਰਤ ਕੁੜੀ ਹੈ ਔਰ ਐਕਟਰਸ, ਕੰਪਲੀਟ ਐਕਟਰਸ ਹੈ। ਮੈਂ ਬੜੀ ਦੇਰ ਬਾਅਦ ਕੋਈ ਇੰਨੀ ਸਕ੍ਰਿਪਟ ਦੇ ਵਿੱਚ ਭੇਜ ਕੇ ਕੰਮ ਕਰਨ ਵਾਲੀ ਐਕਟਰਸ ਦੇਖੀ ਹੈ। ਔਰ ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਜੈਲੀ ਪਨ ਦਾ ਇੱਕ ਵੀ ਛਿੱਟਾ ਨਹੀਂ ਉਹਦੀ ਪੰਜਾਬੀ ਸੁਣ ਕੇ ਲੱਗਦਾ, ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਹੁਣ ਇੱਥੇ ਕੀ ਕਰਨਾ ਮੈਂ। ਇੱਦਾਂ ਦਾ ਵੀ ਬੋਲਦੀਆਂ ਕਈ ਕੁੜੀਆਂ, ਮਤਲਬ ਇੰਨੀ ਨਿਰੋਲ ਪੰਜਾਬੀ ਬੋਲਦੀ ਹੈ ਔਰ ਲਾਈਫ ਸਟਾਈਲ ਜਿੱਦਾਂ ਉਹਦੇ ਰਚਿਆ ਪਿਆ, ਜਿੱਦਾਂ ਗੱਲ ਕਰਦੇ ਕਰਦੇ ਚੁੰਨੀ ਠੀਕ ਕਰਨੀ ਜਿੱਦਾਂ ਸਾਡੇ ਘਰਾਂ 'ਚ ਆਮ ਲੇਡੀਜ਼ ਕਰਦੀਆਂ ਨੇ, ਇਹ ਚੀਜ਼ ਜਿਹਨੇ ਬਰੀਕੀ ਨਾਲ ਫੜ ਲਈ ਨਾ, ਉਹ ਕੰਪਲੀਟ ਆਰਟਿਸਟ ਹੈ। ਉਹਨੂੰ ਲਾਈਫ ਸਟਾਈਲ ਦਾ ਪਤਾ, ਜ਼ਬਾਨ ਦਾ ਪਤਾ, ਸੋਹਣੀ ਸੁਨੱਖੀ ਹੈ ਔਰ ਕੰਮ ਬਹੁਤ ਸੋਹਣਾ ਕਰਦੀ ਹੈ, ਇਨਵੋਲਵਮੈਂਟ ਨਾਲ ਕੰਮ ਕਰਦੀ ਹੈ। ਬਿਲਕੁਲ ਭਾਅ ਜੀ। ਅਤੇ ਦਾਣਾ ਪਾਣੀ ਬਾਰੇ ਸਾਡੀ ਔਡੀਅੰਸ ਨੂੰ ਲਾਸਟ 'ਤੇ ਕੀ ਮੈਸੇਜ ਦੇਣਾ ਚਾਹੁੰਦੇ? ਦਾਣਾ ਪਾਣੀ 4 ਮਈ 2018 ਨੂੰ ਰਿਲੀਜ਼ ਹੋ ਰਹੀ ਹੈ ਜੀ। ਔਰ ਮੈਂ ਵੈਸੇ ਤਾਂ ਬਹੁਤ ਤੁਹਾਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਹਾਲ ਦੇ ਵਿੱਚ ਵੀ ਬੜੇ ਪੌਪਕੋਰਨ ਅਤੇ ਯੇ ਵੋ ਅੱਜ ਕੱਲ੍ਹ ਮਿਲਦੇ ਨੇ, ਜੇ ਤੁਹਾਡਾ ਦਾਣਾ ਪਾਣੀ ਉੱਥੇ ਲਿਖਿਆ ਤੁਸੀਂ ਜਾਣਾ ਹੀ ਹੈ, ਕਹਿਣ ਦੀ ਲੋੜ ਨਹੀਂ ਤੁਹਾਨੂੰ। ਬਟ ਇਹ ਹੈ ਕਿ ਇਹ ਫਿਲਮਾਂ ਬਹੁਤ ਰੇਅਰ ਬਣਦੀਆਂ ਨੇ, ਬਹੁਤ ਘੱਟ ਮੇਕਰਸ ਨੇ ਜਿਹੜੇ ਪੈਸਾ ਲਾ ਕੇ ਤੁਹਾਨੂੰ ਚੰਗੀ ਫਿਲਮ ਦਿਖਾਉਣਾ ਚਾਹੁੰਦੇ ਆ। ਬਹੁਤੇ ਲੋਕਾਂ ਦਾ ਦਾਅ ਹੁੰਦਾ ਕਿ ਚਲੋ ਚਲੰਤ ਫਿਲਮਾਂ ਬਣਾ ਲਓ ਜਿਹੜੀਆਂ ਚੱਲਦੀਆਂ ਨੇ, ਬਿਜ਼ਨਸ ਕਰਦੀਆਂ ਨੇ, ਜਿਹੜੇ ਮਰਜ਼ੀ ਆਰਟਿਸਟ ਨਾਲ ਫਿਲਮ ਬਣਾ ਲਓ, ਬਸ ਉਹਦਾ ਨਾਮ ਮਾੜਾ ਮੋਟਾ ਚੱਲਣਾ ਚਾਹੀਦਾ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਹੁੰਦੇ ਆ। ਇਹਨਾਂ ਨੇ ਜਿਹੜੀ ਇਹ ਫਿਲਮ ਹੈ ਦਾਣਾ ਪਾਣੀ, ਇਹਨਾਂ ਫਿਲਮਾਂ ਨੇ ਤੁਹਾਡੇ ਬੱਚਿਆਂ ਦਾ ਬੇਸ ਬਣਾਉਣਾ ਹੁੰਦਾ, ਇਹਨਾਂ ਨੇ ਤੁਹਾਨੂੰ ਤੁਹਾਡੇ ਸੱਭਿਆਚਾਰ ਨਾਲ, ਤੁਹਾਡੀਆਂ ਜੜ੍ਹਾਂ ਦੇ ਨਾਲ, ਤੁਹਾਡੇ ਵਿਰਸੇ ਵਿਰਾਸਤ ਦੇ ਨਾਲ, ਹਕੀਕਤ ਦੇ ਨਾਲ, ਯਥਾਰਥ ਦੇ ਨਾਲ ਜੋੜਨਾ ਹੁੰਦਾ। ਔਰ ਇਹ ਮੈਂ ਦਾਅਵਾ ਕਰਦਾ ਕਿ ਫੁੱਲ ਆਫ ਐਂਟਰਟੇਨਮੈਂਟ ਹੈ, ਇਸ ਤੋਂ ਵਧੀਆ ਹੈਲਥੀ ਐਂਟਰਟੇਨਮੈਂਟ ਵੀ ਤੁਸੀਂ ਬਹੁਤ ਰੇਅਰ ਕਦੀ ਦੇਖੀ ਹੋਣੀ ਹੈ। ਸੋ ਦਾਣਾ ਪਾਣੀ ਇਜ਼ ਅ ਮਸਟ ਵਾਚ ਮੂਵੀ ਐਂਡ ਮਸਟ ਵਾਚ ਦਿਸ ਮੂਵੀ ਵਿਦ ਯੋਰ ਫੈਮਿਲੀ, ਵਿਦ ਯੋਰ ਫਰੈਂਡਸ, ਵਿਦ ਯੋਰ ਰਿਲੇਟਿਵਸ, ਇਕੱਠੇ ਹੋ ਕੇ ਜਾਓ, ਜ਼ਿਆਦਾ ਇੰਜੋਏ ਕਰੋਗੇ ਥੀਏਟਰ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਭਾਅ ਜੀ, ਤੁਸੀਂ ਸਾਡੇ ਕੋਲ ਆਏ ਅਤੇ ਆਪਣੀ ਆਉਣ ਵਾਲੀ ਫਿਲਮ ਬਾਰੇ ਸਾਡੇ ਨਾਲ ਗੱਲਾਂ ਕੀਤੀਆਂ, ਮੈਂ ਸ਼ੁਕਰੀਆ ਕਰਦਾ ਤੁਹਾਡਾ ਕਿ ਬਹੁਤ ਧੰਨਵਾਦ। ਅਤੇ ਮੈਨੂੰ ਵੀ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ, ਮੈਂ ਇੱਕ ਵਾਰ ਫਿਰ ਕਹਿਣਾ ਚਾਹੂੰਗਾ। ਮਾਈ ਪਲੈਜ਼ਰ ਜੀ, ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਯੰਗਸਟਰਸ ਨਾਲ ਕੰਮ ਕਰਕੇ ਹਮੇਸ਼ਾ ਤੁਹਾਨੂੰ ਕੁਛ ਸਿੱਖਣ ਨੂੰ ਮਿਲਦਾ, ਤੁਸੀਂ ਅਪਡੇਟ ਹੁੰਦੇ ਰਹਿੰਦੇ ਹੋ ਅੱਜ ਕੱਲ੍ਹ ਕੀ ਚੱਲ ਰਿਹਾ ਨਵਾਂ ਤਾਜ਼ਾ। ਬਿਲਕੁਲ ਭਾਅ ਜੀ। ਸੋ ਬਹੁਤ ਬਹੁਤ ਧੰਨਵਾਦ ਭਾਅ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।